ਨਿਜ਼ਾਮ ਸਿੱਧੇ ਕਰ, ਜਾਣ ਕੇ ਪੰਗੀਆਂ ਛੰਗੀਆਂ ਦੇ ਵਿੱਚ ਨਹੀਂ ਲੜੀਦਾ ਹੁੰਦਾ ਹੈ, ਤੇ ਥੋੜਾ ਜਿਹਾ ਨਾ ਨਿਜ਼ਾਮ ਆਪਣਾ ਸਿੱਧਾ ਕਰ। ਤੁਸੀਂ ਕੌਣ ਬੋਲ ਰਹੇ ਜੀ? ਮੈਂ ਪਾਕਿਸਤਾਨ ਤੋਂ ਬੋਲਣਾ ਪਿਆ। ਇਹ ਧਮਕੀ ਕਿੱਥੋਂ ਆਈ ਜੀ? ਇਹ ਨਾ ਕੋਈ ਕਹਿੰਦਾ ਪਾਕਿਸਤਾਨ ਤੋਂ ਕਹਿੰਦਾ ਬੋਲਦਾ ਮੈਂ, ਇਹ ਪਹਿਲੀ ਪਹਿਲਾਂ ਵੀ ਆਈ ਇੱਕ ਵਾਰੀ ਪਿਛਲੇ ਇੱਕ ਚ ਵੀ ਨਾ। ਕਿੰਨਾ ਚਿਰ ਪਹਿਲਾਂ ਜੀ? 2021 ਚ ਜੀ। ਨਹੀਂ ਤਾਂ ਮੈਨੂੰ ਕਾਹਤੋਂ ਫੋਨ ਕੀਤਾ? ਮੈਨੂੰ ਕਾਹਤੋਂ ਫੋਨ ਕੀਤਾ? ਕਿਉਂਕਿ ਤੂੰ ਚੋਰੀ ਲੈਣਾ ਵਾਵਾ ਪਿਆ ਤੇ ਚੰਗੀ ਗੱਲ ਨਹੀਂ ਹੁੰਦੀ ਹੈ। ਹਰ ਖੁੱਡ ਦੇ ਵਿੱਚ ਹੱਥ ਨਹੀਂ ਦੇਣਾ ਹੁੰਦਾ। ਇਹ ਧਮਕੀ ਕਿੱਥੋਂ ਆਈ ਜੀ? ਇਹ ਨਾ ਕੋਈ ਕਹਿੰਦਾ ਪਾਕਿਸਤਾਨ ਤੋਂ ਕਹਿੰਦਾ ਬੋਲਦਾ ਮੈਂ, ਇਹ ਪਹਿਲੀ ਪਹਿਲਾਂ ਵੀ ਆਈ ਇੱਕ ਵਾਰੀ ਪਿਛਲੇ ਇੱਕ ਚ ਵੀ ਨਾ। ਕਿੰਨਾ ਚਿਰ ਪਹਿਲਾਂ ਜੀ? 2021 ਚ ਜੀ। 2021 ਚ? ਹਾਂਜੀ ਹਾਂਜੀ। ਉਸ ਤੋਂ ਬਾਅਦ ਫਿਰ ਕੋਈ ਗੱਲ ਨਹੀਂ ਹੋਈ? ਨਹੀਂ, ਉਸ ਤੋਂ ਬਾਅਦ ਫਿਰ ਮੇਰੇ ਕੋਲ ਤੇ ਆਲਰੇਡੀ ਵੈਸੇ ਸਿਕਿਉਰਿਟੀ ਹੈਗੀ ਸੀ ਨਾ 2019 ਤੋਂ। ਠੀਕ ਆ। ਤੇ ਇਹ ਨਾ ਜੀ ਇੱਕ ਪਹਿਲਾ ਇੰਸੀਡੈਂਟ ਨਹੀਂ ਆ, ਇਹ 2019 ਦੇ ਵਿੱਚ ਵਿਦ ਵੀਡੀਓ ਮੇਰੇ ਕੋਲ ਸਾਰਾ ਕੁਛ, ਮਤਲਬ ਬਾਹਰ ਦੀਆਂ ਰਿਕਾਰਡਿੰਗਾਂ ਹਨਾ, ਕੈਮਰੇ ਲੱਗੇ ਆਪਣੇ। 2019 ਦੇ ਵਿੱਚ ਕੀ ਹੋਇਆ ਸੀ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਸੀ, ਪਿਸਤਲ ਸੀ ਉਹਨਾਂ ਦੇ ਹੱਥ ਚ। ਉਦੋਂ ਵੀ ਇੱਥੇ ਵਾਰਦਾਤ ਕਰਕੇ ਗਏ ਸੀ। ਬਾਅਦ ਚ 2020 ਦੇ ਵਿੱਚ ਆਪਣੇ ਨਾ ਦੋ ਵਾਰੀ ਘਰ ਦੇ ਮੋਹਰੇ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਵੀ ਲਾਏ ਗਏ ਸੀ। ਠੀਕ ਹੈ ਜੀ। ਤੇ ਉਹਦੀ ਵੀਡੀਓ ਵੀ ਹੈਗੀ ਸਾਡੇ ਕੋਲ। ਠੀਕ ਹੈ ਜੀ। ਤੇ ਫਿਰ ਅਸੀਂ ਜਿੱਦਾਂ ਮੇਰੇ ਨਾਲ ਸਕਿਉਰਿਟੀ ਸੀ ਤੇ ਅਸੀਂ ਅੰਮ੍ਰਿਤਸਰ ਨੂੰ ਜਾ ਰਹੇ ਸੀ, ਤੇ ਜਿੱਦਾਂ ਮਤਲਬ ਵੀ ਮੁੰਡੇ ਦੋ ਮੋਟਰਸਾਈਕਲ ਤੇ ਪਿੱਛੇ, ਮਤਲਬ ਸ਼ੱਕ ਪਿਆ ਹੈ ਸਾਨੂੰ ਕਿ ਸਾਡਾ ਪਿੱਛਾ ਕਰ ਰਹੇ ਆ। ਠੀਕ ਹੈ ਜੀ। ਮੇਰੇ ਨਾਲ ਮੇਰੇ ਗਨਮੈਨ ਨੇ ਰੋਕ ਕੇ, ਜਦੋਂ ਮਤਲਬ ਉਹਨਾਂ ਨੂੰ ਸ਼ੱਕ ਤੇ ਰੋਕਿਆ, ਰੋਕਿਆ ਤੇ ਉਹਨਾਂ ਕੋਲ ਬਾਈਕ ਵੀ ਜਿਹੜੀ ਉਹਨਾਂ ਕੋਲ ਮੋਟਰਸਾਈਕਲ ਸੀ ਉਹ ਵੀ ਚੋਰੀ ਦਾ ਨਿਕਲਿਆ, ਇੱਕ ਉਹਨਾਂ ਕੋਲ ਪਿਸਟਲ ਨਿਕਲਿਆ, 6 ਰਾਉਂਦ ਨਿਕਲੇ, ਉਹ ਵੀ ਅਸੀਂ ਪੁਲਿਸ ਦੇ ਹਵਾਲੇ ਕੀਤੇ ਸੀ ਜੀ। ਕਿਹੜੀ ਪੁਲਿਸ ਦੇ ਹਵਾਲੇ ਕੀਤੇ ਸੀ ਜਦੋਂ? ਖਲਚੀਆਂ ਥਾਣੇ। ਖਲਚੀਆਂ ਥਾਣੇ, ਠੀਕ ਹੈ ਜੀ। ਹਾਂਜੀ, SSP ਸਾਹਿਬ ਉਹਨੂੰ ਦੇ, ਗੁਲਨੀਤ ਖੁਰਾਨਾ ਜੀ। ਤੇ ਉਦੋਂ ਫਿਰ ਕਾਰਵਾਈ ਹੋਈ ਸੀ ਉਹਨਾਂ ਦੇ ਕੋਈ? ਉਹਨਾਂ ਨੇ ਆਪਣੇ ਬਕੂਆ ਬਣਾ ਕੇ ਪਰਚਾ ਦਰਜ ਕਰਤਾ ਸੀ। ਠੀਕ ਹੈ ਜੀ। ਉਹ ਜਿੱਦਾਂ ਪੁਲਿਸ ਕਰਦੀ ਹੁੰਦੀ ਹੈ ਸੀ। ਜਿਹੜਾ ਤੁਹਾਨੂੰ ਹੁਣ ਇਹ ਕੱਲ ਕਾਲ ਆਈ ਹੈ ਤੁਹਾਨੂੰ, ਕਿੰਨੇ ਵਜੇ ਆਈ ਕਾਲ ਤੁਹਾਨੂੰ? ਇਹ ਹੈਗੀ ਹੈ ਜੀ ਕਾਲ 8:01 ਦੀ। ਠੀਕ ਹੈ ਜੀ। ਪਤਾ ਲੱਗਾ ਜੀ ਅਨਨੋਨ ਨੰਬਰ ਕਿੱਥੋਂ ਦਾ ਆਇਆ ਜੀ? ਇਹ ਮਤਲਬ ਜਿਹੜਾ ਸ਼ੋ ਹੋ ਰਿਹਾ ਨੰਬਰ, ਇਹ ਹੋ ਰਿਹਾ ਇਟਲੀ ਦਾ। ਠੀਕ ਹੈ ਜੀ। ਹਨਾ, ਪਰ ਉਹ ਕਹਿੰਦਾ ਮੈਂ ਪਾਕਿਸਤਾਨ ਤੋਂ ਬੋਲਦਾ। ਪਾਕਿਸਤਾਨ ਤੋਂ ਬੋਲਦਾ। ਪਹਿਲਾਂ ਵੀ ਇਹਦੀ ਕਦੀ ਆਵਾਜ਼ ਸੁਣਨ ਨੂੰ ਮਿਲੀ ਆ? ਨਹੀਂ, ਪਹਿਲੀ ਵਾਰ ਮਿਲੀ ਆ। ਹਾਂ, ਪਹਿਲੀ ਗੱਲ ਤੇ ਦੇਖੋ ਜੀ, ਜੇ ਉਹ ਪਾਕਿਸਤਾਨ ਤੋਂ ਬੋਲਦਾ ਨਾ, ਹਾਂਜੀ, ਇੰਡੀਆ ਦੇ ਵਿੱਚ ਮਾਈਨਿੰਗ ਹੋ ਰਹੀ ਆ, ਉਹਨੂੰ ਕੀ ਮਤਲਬ ਇਸ ਗੱਲ ਦਾ? ਠੀਕ ਹੈ ਜੀ। ਹਨਾ, ਫਿਰ ਉਹ 50 ਲੱਖ ਰੁਪਇਆ ਮੰਗ ਰਿਹਾ, 50 ਲੱਖ ਦੇ ਐ ਮੰਗਦੇ ਆ ਜਿੱਦਾਂ ਕਿਤੇ 10-20 ਰੁਪਏ ਦੇਣ ਵਾਲੀ ਗੱਲ ਹੁੰਦੀ ਹੈ ਜੀ। ਠੀਕ ਹੈ ਜੀ, ਠੀਕ ਆ। ਹਾਂ, ਠੀਕ ਆ। ਤੁਸੀਂ ਇਸ ਘਟਨਾ ਦੀ ਸੂਚਨਾ ਕੋਈ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਕੋਈ? ਜੀ ਬਿਲਕੁਲ ਬਿਲਕੁਲ ਜੀ, ਮੈਂ SSP ਸਾਹਿਬ ਨੂੰ ਦਰਖਾਸਤ ਦਿੱਤੀ ਹੋਈ ਹੈ ਜੀ। ਕੱਲ ਜੀ? ਨਹੀਂ, ਇਹ ਤੁਸੀਂ ਲਾਲੋ ਸਾਹਿਬ ਕਿ 2 ਮਹੀਨੇ ਹੋ ਗਏ ਹਲੇ FIR ਨਹੀਂ ਦਰਜ ਕੀਤੀ ਜੀ ਇਹਨਾਂ ਨੇ। ਨਹੀਂ, ਇਹ ਘਟਨਾ ਕਦੋਂ ਹੁੰਦੀ ਹੈ ਜੀ? 8:01 ਦੀ ਜੀ। 8:01 ਦੀ? ਤੁਸੀਂ ਉਹਦਾ ਇਹਨੂੰ ਗੁਪਤ ਹੀ ਰੱਖਿਆ ਫਿਰ ਲਾਲ? ਇਹ ਪੁਲਿਸ ਦੇ ਕਹਿਣ ਤੇ ਗੁਪਤ ਰੱਖਿਆ ਜੀ। ਤੁਸੀਂ ਗੁਪਤ? ਅੱਛਾ ਜੀ। ਹਾਂ, ਤੁਸੀਂ ਨਾ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਵੀਡੀਓ ਬਹੁਤ ਛੇਤੀ ਵਾਇਰਲ ਹੁੰਦੀ ਆ। ਉਹਨਾਂ ਨੇ ਕਿਹਾ ਵੀ ਸਾਡੀ ਇਹ ਚ ਸਰਕਾਰ ਦੀ ਤੇ ਸਾਡੀ ਪ੍ਰਸ਼ਾਸਨ ਦੀ ਹਾਨੀ ਹੁੰਦੀ ਆ। ਪਰ ਦੇਖੋ ਨਾ ਜੀ, ਇਸ ਚੀਜ਼ ਨੂੰ ਹੁਣ 2 ਮਹੀਨੇ ਹੋ ਗਏ, ਤੁਸੀਂ, ਤੁਹਾਡੇ ਕੋਲ ਬੰਦੇ ਨਹੀਂ ਫੜੇ ਜਾਂਦੇ, ਤੁਹਾਡੇ ਕੋਲ ਫੋਨ ਹੀ ਨਹੀਂ ਟਰੇਸ ਹੋਇਆ, ਤੁਹਾਡੇ, ਤੁਸੀਂ FIR ਨਹੀਂ ਦਰਜ ਕੀਤੀ, ਤੇ ਫਿਰ ਤਾਂ ਮੈਂ ਤੇ ਕਰਾਂਗਾ ਨਾ ਪਬਲਿਕ। ਬਿਲਕੁਲ 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 ਬਿਲਕੁਲ। ਤੁਹਾਡੇ ਪਰਿਵਾਰ ਚੋਂ ਇੱਥੇ ਕੌਣ ਕੌਣ ਹੈ ਪਰਿਵਾਰ ਚ? ਇੱਥੇ ਪਰਿਵਾਰ ਚੋਂ ਹੁਣੇ ਥੋੜੇ ਥੋੜਾ ਚਿਰ ਹੋ ਗਿਆ, 2 ਹਫ਼ਤੇ ਬੇਟੀ ਗਈ ਇੱਥੋਂ ਹੁਣੇ। ਸ਼ਹਿਨਾਜ਼ ਜੀ? ਹਾਂਜੀ, ਠੀਕ ਆ। ਤੇ ਫਿਲਹਾਲ ਮੈਂ, ਮੇਰਾ ਫਾਦਰ, ਮੇਰੀ ਮਦਰ। ਤੁਹਾਡੀ ਮਦਰ ਕਿੱਥੇ? ਤੁਸੀਂ ਧਿਆਨਪੁਰ ਹੋ ਕਿ ਬਿਆਸ? ਮੈਂ ਬਿਆਸ ਹਾਂ ਜੀ। ਬਿਆਸ ਰਹਿ ਰਹੇ ਹੋ? ਬੇਟੀ ਨੂੰ ਦੱਸਿਆ ਦੇ ਬਾਰੇ ਜਾਣਕਾਰੀ ਹੈਗੀ ਬੇਟੀ ਨੂੰ? ਹਾਂ ਹੈਗੀ। ਤੁਹਾਡੀ ਸ਼ਹਿਨਾਜ਼ ਨੂੰ? ਜੀ ਜੀ ਜੀ।
ਠੀਕ ਹੈ ਠੀਕ ਹੈ ਠੀਕ ਹੈ। ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਕੋਈ? ਬਿਲਕੁਲ ਸਰ, ਇੱਥੇ ਨਾ ਪਿਛਲੀ ਵਾਰੀ ਉਹ 2 ਹਫ਼ਤਾ ਰਹਿ ਕੇ ਗਈ ਸੀ ਤੇ ਪ੍ਰਸ਼ਾਸਨ ਵੱਲੋਂ ਇੰਨੀ ਕੁ ਢਿੱਲ ਵਰਤੀ ਗਈ, ਉਹਦੇ ਨਾਲ ਕੋਈ ਸਿਕਿਉਰਿਟੀ ਨਹੀਂ ਲਾਈ ਗਈ। ਠੀਕ ਹੈ ਜੀ, ਠੀਕ ਹੈ ਜੀ, ਮਤਲਬ ਉਦਾਂ ਥੋੜੇ ਜਿਹਾ ਮਾੜੇ ਮੋਟੇ ਜਿਹੜੇ ਪੰਜਾਬੀ ਸਿੰਗਰ ਆ ਹਾਂਜੀ ਉਹਨਾਂ ਨੂੰ ਚਾਰ ਚਾਰ ਗੰਨਮੈਨ ਲਾਏ ਆ ਜੀ, ਛੇ ਛੇ ਗੰਨਮੈਨ ਲਾਏ ਆ, ਤੇ ਠੀਕ ਹੈ ਜੀ, ਏਡਾ ਜਿਹਨੇ ਏਡਾ ਵੱਡਾ ਨਾਂ ਰੋਸ਼ਨ ਕੀਤਾ ਉਹਨੂੰ ਇੱਕ ਵੀ ਇੱਥੇ ਇੱਕ ਬੰਦਾ ਵੀ ਸਿਕਿਉਰਿਟੀ ਦਾ ਨਹੀਂ ਲਾਇਆ ਗਿਆ ਜੀ ਉਹਦੇ। ਚਲੋ ਧੰਨਵਾਦ ਜੀ, PTC ਨਿਊਜ਼ ਨਾਲ ਗੱਲ ਕਰਨ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਤੋਖ ਸਿੰਘ ਜੀ, ਥੈਂਕ ਧੰਨਵਾਦ, ਯੂ ਜੀ, ਥੈਂਕ ਵੈਲਕਮ। ਯੂ, ਸਤਿ ਸ਼੍ਰੀ ਅਕਾਲ ਜੀ।